ਤੁਹਾਨੂੰ ਜਿਹੜੀ ਇਸ ਟਾਈਮ ਫਰੇਮ ਦੇ ਵਿੱਚ ਝੋਟੀ ਵਾਹੀ ਨਾ ਦੂਜਣ ਭਾਈ ਸਫਦਰ ਚੰਨੜ ਕੋਲ, ਪਰ ਕਿਆ ਇਹਦੀਆਂ ਖੂਬਸੂਰਤੀਆਂ ਨੇ, ਗੱਭਣੇ ਤਾਂ ਕੋਈ ਲੈ ਜਾਏ ਕਿ ਦਿਨ ਅਤੇ ਸੋਹਣੀਆਂ ਵੰਡਾਂ ਨੇ ਹਰ ਪਾਸੋਂ ਪੂਰੀ। ਅਜੇ 12-13 ਦਿਨ ਤਮਾਮ ਦਸਾਂ ਮਹੀਨਿਆਂ ਚ ਪਏ ਨੇ, ਧੁੰਨੀ ਕੋੜੀ ਕੋਨੀ ਤੇ ਖੂਬਸੂਰਤੀ ਕਮਾਲ ਦੀ ਹੈ ਜੀ। ਅੱਲਾਹ ਤਾਲਾ ਨੂੰ ਨਜ਼ਰੇ ਬਾਦ ਤੋਂ ਬਚਾਵੇ। ਤੇ ਮੇਰੇ ਵੀਰ ਜਿਹੜੇ ਨੇ ਨਾ ਸ਼ੌਕ ਵਾਲੇ, ਜਿਹੜੇ ਸ਼ੌਕ ਕਰਦੇ ਨੇ, ਆਹ ਗੱਲ ਜਾ ਕੇ ਮੋੜ ਕੇ ਲਾਇਆ। ਚੰਗੀ ਸ਼ਹਿ ਖੜੋਤੀ ਹੋਵੇ ਨਾ ਤੇ ਹਰ ਬੰਦਾ ਵੇਖਦਾ। ਮੈਂ ਇੱਕ ਵਾਰੀ ਜਨਾਬ ਹਾਲ ਚ ਪਾਈਏ ਤੇ ਲੈਣੇ ਦੇਣੇ ਨਸੀਬ ਨੇ। ਵੇਖੋ ਅੱਲਾਹ ਪਾਕ ਨੇ ਕਿੰਦੇ ਨਸੀਬਾਂ ਜਿੰਦਾ ਦੁੱਧ ਲਿਖਿਆ ਚਿਹਰੇ ਤੇ ਆ ਕੇ, ਤਾਂ ਕਮਾਲ ਹੋ ਗਈ ਜੀ। ਮਾਸ਼ਾਅੱਲਾ ਅੰਦਰ ਨੂੰ ਜਾਂਦੀ ਹੈ ਨਾ। ਹਾਂਜੀ, ਆਹ ਬੜਾ ਯਾਰਾਂ ਦਾ ਜਿਹੜਾ ਕੰਨ ਤੋਂ ਫੜ ਕੇ ਲਈ ਫਿਰਨਾ, ਨਸਲੀ ਮੱਝੀ ਦਾ ਕੰਮ ਹੁੰਦਾ ਕੰਨ ਤੋਂ ਫੜਾਉਣਾ। ਛੱਡਦੇ ਜਾਣਦੇ ਸੀ ਚਾਰਾਂ ਪਾਸੋਂ ਜਨਾਬ, ਪੂਰੇ ਫੁੱਟ ਫੁੱਟ ਤੇ ਥਣ ਤੇ ਸੋਹਣੀਆਂ ਵੰਡਾਂ ਰੁਕ ਰੁਕ ਦਾ। ਤੇ ਡਿਮਾਂਡ ਜਿਹੜੀ ਨਾ ਉਹ ਵੀ ਤੁਹਾਨੂੰ ਪੁੱਛ ਕੇ ਦੱਸਣੇ ਵੀ ਕੀ ਇਹਦਾ ਲੇਖਾ ਸ਼ੇਖਾ ਲੈਣਾ। ਭਾਈ ਸਫਦਰ ਬੋਲੋ ਕੀ ਲੇਖਾ ਲੈਣਾ ਯਾਰ? ਤੁਹਾਨੂੰ ਆਖਿਆ ਤਾਂ ਹੈ 16 ਲੱਖ, 16 ਲੱਖ ਰੁਪਇਆ ਨਾ ਡਰਾਈ ਜਾ ਕੋਈ ਪੱਕੀ ਮਾਝੀ ਆਪਣੀ ਚੰਗੀ ਹੈ, ਮੈਂ ਤੁਹਾਨੂੰ ਡਰ ਕੇ ਮੰਗਦਾ ਪਿਆ। ਅੱਛਾ, ਬਾਕੀ ਥਣਾ ਥੁਣਾ ਦੀ ਤਾਂ ਆਪਣੀ ਗਰੰਟੀ, ਇਨਸ਼ਾਅੱਲਾ ਗਰੰਟਰ ਮੈਂ। ਮਾਸ਼ਾਅੱਲਾ ਜੀ, ਚਾਰਾਂ ਪਾਸੋਂ ਸੋਹਣੇ ਥਣ ਨੇ ਜੀ, ਅੱਗੋਂ ਪਿੱਛੋਂ ਸਾਵਾਂ ਬਿਲਕੁਲ ਚੱਡਾ। ਅਗਰ ਕਿਸੇ ਭਰਾ ਦੇ ਪਸੰਦ ਆਵੇ ਤੇ ਜਨਾਬ ਰਾਬਤਾ ਕਰਕੇ ਦੀ ਖਰੀਦਦਾਰੀ ਕਰ ਸਕਦੇ ਜੇ। ਮੈਂ ਕੱਚੀ ਅਜੇ ਤੱਕ ਲੈਂਦੀ ਗੁਦਾ ਦੇਣਾ। ਬਿਲਕੁਲ ਜੀ, 30 ਤਰੀਕ ਨੂੰ ਮੈਂ 10 ਮਹੀਨੇ ਮੁੱਕਣੇ ਜੀ। ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬ ਅਲੀ ਨੂੰ ਇਜਾਜ਼ਤ ਦਿਓ ਜੀ। ਅੱਲਾਹ ਹਾਫਿਜ਼।